ਕਿੱਥੇ? ਤੇਰੇ ਪੱਟਿਆਂ ਦੇ ਡੇਰ ਲੱਗੇ ਆ, ਡੱਲੇ ਲੱਗੇ ਪੈ ਜਾਂਦਾ। ਅੱਛਾ ਹਾਂਜੀ, ਉੱਥੇ ਮੈਂ ਰਹਿਣ ਡਿਆ ਪਿਆ, ਮੇਰੀ ਘਰ ਦੀ ਨਹੀਂ ਮੰਨਦੀ। ਦੇਰ ਪਰ ਜਿਹੜਾ ਬਾਬਾ ਸੀ ਉਹ ਵੀ ਇੱਥੇ ਆ ਗਿਆ, ਮੇਰੀ ਭੈਣ ਦਾ ਪ੍ਰਾਹੁਣਾ ਹੀ ਆ। ਪਹਿਲਾਂ ਸਾਡੀ ਅੱਜ ਤੋਂ 6-7 ਸਾਲ ਮੇਰੇ ਵਿਆਹ ਨੂੰ ਚੱਲੇ ਭਾਈ। ਖੰਡ ਲਾ ਲਓ ਜਾਂ ਕੋਈ ਚੀਜ਼ ਲਾ ਲਓ। ਹਾਂਜੀ, ਮੁੜ ਕੇ ਅਸੀਂ ਆਪਣੀ ਮੈਂ ਆਪਣੇ ਘਰ ਦੀ ਲਾ ਕੇ ਕਿਹੜੇ 10 ਰੁਪਏ ਫਲਾਣੀ ਫਲਾਣੀ ਜਗ੍ਹਾ 'ਤੇ ਆਉਣਾ। ਤਰਨ ਤਾਰਨ ਦੇ ਬਾਬਾ ਮੇਰੇ ਕੋਲ ਫੋਟੋਆਂ ਆ ਗਈਆਂ ਸਾਰੀਆਂ, ਪ੍ਰੂਫ ਇਹ ਸਾਰੇ ਲੈ ਕੇ ਹੀ ਬੜੇ ਮੁਸ਼ਕਿਲ ਮੈਂ ਫੋਟੋਆਂ ਪਤਾ ਨਹੀਂ ਕਿੱਥੋਂ ਕਿੱਥੇ ਪੈਦਾ ਕੀਤੀਆਂ। ਸੋਹਣੀ ਸਾਹਿਬ, ਸੋਹਣੀ ਸਾਹਿਬ ਫਿਰ ਦੋ ਤਿੰਨ ਸਾਲ ਇੱਥੇ ਰਹੇ ਆ, ਕਦੀ 2 ਮਹੀਨੇ ਰਹਿ ਗਏ, ਕਦੀ 4 ਮਹੀਨੇ ਰਹਿ ਗਏ। ਕਿੰਨੇ ਦਿਨ ਹੋ ਗਏ? ਇਹ ਮੇਰੇ ਨਾਲ 2 ਤਰੀਕ ਦੀ ਹੋਣੀ ਆ, 2 ਤਰੀਕ ਦੀ ਮੇਰੇ ਨਾਲ ਹੋਣੀ ਆ। ਆਹ ਭਾਈ ਗੋਡ ਮੈਂ ਕੋਈ ਨਹੀਂ ਆ, ਨਹੀਂ ਕਿੰਨੀ ਜਿਹੜੀ ਆ ਹੀ ਰੱਖਣੀ ਆ। ਚੱਲ ਇਸ ਸਾਈਡ ਤੇ ਆ, ਪੱਕਾ ਪੱਕਾ ਭਾਈ। ਤੇ ਇਹ ਮੇਰੀ ਘਰਦੀ ਨੂੰ ਪਹਿਲਾਂ ਲੈ ਗਿਆ ਜੀ, ਮੇਰੇ ਭੈਣ ਭਰਾਵਾਂ ਨੂੰ। ਸੋਹਣੀ ਸ਼ਾਹ ਇਹ ਬਾਬਾ ਵਾ। ਹਾਂਜੀ, ਪਹਿਲਾਂ ਤਾਂ ਇਹ ਆਇਆ ਵਾ ਕਿ ਘਰ ਸਾਡੇ ਆਇਆ ਵਾ, ਮੇਰੀ ਚਾਚੀ ਨੂੰ ਅਤੇ ਮੇਰੀ ਭੈਣ ਨੂੰ ਲੈ ਕੇ ਆ ਜੀ, ਧੋਖੇ ਦੇ ਨਾਲ ਘਰ ਲੈ ਕੇ 10-15 ਦਿਨ। ਉਦੋਂ ਵੀ ਅਸੀਂ ਦਰਖਾਸਤਾਂ ਦਰਖੂਸਤਾਂ ਦਿੱਤੀਆਂ, ਪਰਚੇ ਦਿੱਤੇ, ਉਦੋਂ ਬਿਆਨਾਂ ਦੇ ਤੌਰ 'ਤੇ ਬਰੀ ਹੋ ਗਿਆ ਬੰਦਾ। ਫਿਰ ਇਹਨੇ ਆਣ ਕੇ ਮਾਫ਼ੀ ਮੰਗ ਲਈ ਮੇਰੀ ਭੈਣ ਦਾ ਵਿਆਹ ਵੂ ਕਰ ਲਿਆ ਇਹਨੇ। ਫਿਰ ਘਰਦਿਆਂ ਨੇ ਮਾਫ਼ੀ ਦੇ ਦਿੱਤੀ ਇਹਨੂੰ ਕਿ ਚੱਲ 3-4 ਸਾਲਾਂ ਬਾਅਦ ਆਇਆ ਵਾ, ਮਾਫ਼ ਕਰ ਦਿੱਤਾ ਇਹਨੂੰ। ਹਾਂਜੀ, ਅੱਜ ਫਿਰ ਸਾਡੇ ਵਿੱਚ ਰਹਿ ਕੇ ਮੇਰੇ ਨਾਲ ਰਹਿੰਦਾ ਰਿਹਾ। ਉੱਥੇ ਅਸੀਂ ਪਲਾਟ ਲਿਆ ਸੀ ਮੈਂ ਵੱਖਰਾ ਜੀ, ਉੱਥੇ ਆਉਂਦਾ ਜਾਂਦਾ ਸੀ, ਕਦੀ 2 ਮਹੀਨੇ ਰਹਿ ਗਿਆ, ਕਦੀ 4 ਮਹੀਨੇ ਰਹਿ ਗਿਆ। ਫਿਰ ਚੱਲ ਜਾਂਦੇ ਸੀ, ਆ ਜਾਂਦੇ ਸੀ, ਚੱਲ ਜਾਂਦੇ ਸੀ। ਬਹੁਣ ਮੇਰੀ ਜਨਾਨੀ ਨੂੰ ਲਿਆ ਗਿਆ ਜੀ। ਮੇਰੀ ਬੱਚੀ ਇੱਕ ਛੋਟੀ ਜੀ, ਉਹ ਬਹੁਤ ਰੋਂਦੀ ਆ ਜੀ। ਇਸ ਮਸਲੇ ਦਾ ਹੱਲ ਕੀਤਾ ਜਾਵੇ, ਜਿਸ ਵੀ ਭਰਾ ਨੂੰ ਇਹਨੂੰ ਟੱਕਰਦੇ ਆ, ਮਿਲਦੇ ਆ, ਸਾਨੂੰ ਇਸ ਨੰਬਰ 'ਤੇ ਕਨੈਕਟ ਕੀਤਾ ਜਾਵੇ। ਇਹ ਦਿਲਵਾਰੀ ਗੇਟ ਦਾ ਬਾਬਾ ਰਹਿਣ ਵਾਲਾ ਵਾ ਅੰਮ੍ਰਿਤਸਰ। ਹਾਂਜੀ, ਇਹ ਬਾਬੇ ਦੇ ਸੰਪਰਕ 'ਚ ਕਿੱਦਾਂ ਆਏ? ਬਾਬਾ ਕਿੱਦਾਂ ਮਿਲਿਆ ਤੁਹਾਨੂੰ, ਕਿੱਦਾਂ ਤੁਹਾਡੇ ਘਰ ਆਉਂਦਾ? ਬਾਬਾ ਇੱਦਾਂ ਮਿਲਿਆ ਜੀ, ਮੇਰਾ ਨਵਾਂ ਵਿਆਹ ਹੋਇਆ ਹੈ ਜੀ। ਜਨਾਨੀ ਮੇਰੀ ਆਉਂਦੇ ਖੇਡਣ ਡਿਆ ਵੀ 2 ਦਿਨ ਵਿਆਹ ਨੂੰ ਨਹੀਂ ਹੋਈ। ਅਸੀਂ ਕਿਹਾ ਕਿ ਇਹਨੂੰ ਕੋਈ ਚੀਜ਼ ਭੂਤ ਪ੍ਰੇਤ ਚੁੰਬੜ ਗਿਆ ਵਾ, ਅਤੇ ਅਸੀਂ ਬੜੀ ਦੌੜ ਭੱਜ ਕੀਤੀ ਇੱਧਰ ਉੱਧਰ, ਨਹੀਂ ਕਿਤੇ ਹੱਲ ਮਸਰਿਆ ਮਿਲਿਆ। ਇਹਦੀ ਸਾਨੂੰ 10 ਪਈ, ਉਦੋਂ ਇਹਦਾ ਤਰਨ ਤਾਰਨ ਦਰਬਾਰ ਸੀ, ਤਰਨ ਤਾਰਨ ਇਹ ਰਹਿੰਦਾ, ਸਟੇਸ਼ਨ ਲਾਗੇ ਦਰਬਾਰ ਸੀ। ਉੱਥੇ ਅਸੀਂ ਮੇਰੀ ਸੱਸ, ਮੈਂ, ਸਾਰਾ ਪਰਿਵਾਰ ਗੱਡੀ ਕਰਾ ਕੇ ਗਏ ਅਸੀਂ। ਉੱਥੇ ਇਹਨੇ ਪਹਿਲੇ ਦਿਨ ਹੀ ਜਿੱਦਣ ਗਏ ਉਦਣ ਹੀ ਮੇਰੀ ਘਰ ਦੀ ਠੀਕ ਕਰ ਦਿੱਤੀ, ਵਿਸ਼ਵਾਸ ਬਣ ਗਿਆ, ਅਤੇ ਬਾਅਦ 'ਚ ਇਹਨੂੰ ਘਰ ਲਿਆਂਦਾ। ਫਿਰ ਸਾਡੀ ਚਾਚੀ ਅਤੇ ਭੈਣ ਨੂੰ ਲਿਆ ਕੇ ਗਿਆ ਸੀ। ਹਾਂਜੀ, ਬਾਅਦ 'ਚ ਮੁੜ ਕੇ ਮੇਰੀ ਭੈਣ ਨਾਲ ਵਿਆਹ ਕਰਾਇਆ। ਸਾਡੇ ਘਰ ਆਣ ਕੇ ਉਦੋਂ ਰਿਹਾ ਸੀ 20 ਦਿਨ, ਬਾਅਦ 'ਚ ਇਹ ਚਾਂਸ ਕਰ ਗਿਆ, ਮੁੜ ਕੇ 3-4 ਸਾਲਾਂ ਬਾਅਦ ਘਰ ਆਇਆ। ਮੁੜ ਕੇ ਫਿਰ ਮੇਰੀ ਭਰਾ ਦੀ ਅਤੇ ਉਹਦੀ ਭਾਬੀ ਦੀ ਆਪਸ 'ਚ ਨਹੀਂ ਬਣਦੀ ਸੀ। ਮੈਂ ਕਿਹਾ ਭਰਾ ਤੁਸੀਂ ਲੜਿਆ ਨਾ ਕਰੋ ਆਪਸ 'ਚ, ਅਤੇ ਮੈਂ ਘਰ ਛੱਡ ਕੇ, ਮੇਰੀ ਘਰਦੀ ਵੀ ਕਹਿੰਦੀ ਮੈਂ ਨਹੀਂ ਇੱਥੇ ਰਹਿਣਾ। ਮੈਂ ਕਿਹਾ ਚੱਲ ਆਪਾਂ ਵੱਖਰਾ ਪਲਾਟ ਲੈ ਲੈਂਦੇ, ਮੈਂ ਝੁੱਗੀਆਂ ਦੇ ਵਿੱਚ ਉੱਥੇ ਰਹਿੰਦਾ ਸੀ, ਮਿਹਨਤ ਕਰਦਾ ਵਾਂ, ਕਬਾੜ ਦਾ ਮੇਰਾ ਕੰਮ ਹੈਗਾ ਵਾ ਜੀ, ਦਿਹਾੜੀ ਦਿਹੁੜੀ ਕਰਦਾ ਵਾਂ, ਪੈਸਾ ਧੇਲਾ ਵੀ ਹੈਗਾ ਸੀ, ਜਗ੍ਹਾ ਵਾਲੇ ਪਲਾਟ ਵਾਲੇ ਨੇ ਦੇਣੇ ਸੀ, ਉਹ ਸਾਰਾ ਪੈਸਾ ਧੇਲਾ ਲੈ ਗਏ ਆ। ਹਾਂਜੀ, ਮਹੀਨਾ ਮਹੀਨਾ 2-2 ਮਹੀਨੇ ਕੋਈ ਕੰਮ ਕਾਰ ਨਹੀਂ ਕਰਦਾ, ਇਹਨਾਂ ਨੂੰ ਵਿਹਲਿਆਂ ਰੋਟੀਆਂ ਪਾਣੀਆਂ ਦਿੰਦਾ ਸੀ ਮੈਂ, ਕਦੀ ਨਹੀਂ ਇਹਨਾਂ ਨੂੰ। ਉੱਥੇ ਗਵਾਹ ਵੀ ਹੈਗੇ ਆ ਬੰਦੇ, ਲਾਗੇ ਗੁੱਜਰ ਰਹਿੰਦੇ ਆ, ਜੇ ਉੱਥੋਂ ਵੀ ਗਵਾਹੀ ਲੈ ਸਕਦੇ ਆ ਕਿ ਇਹ ਮੁੰਡਾ ਕੰਮ 'ਤੇ ਜਾਂਦਾ ਸੀ, ਉਹ ਘਰ ਰਹਿੰਦੇ। ਹਾਂਜੀ, ਮਗਰੋਂ ਮੈਂ ਚੱਲ ਗਿਆ ਕੰਮ, ਇਹਦੇ ਨਾਲ ਮੇਰੀ ਭੈਣ ਰਲੀ ਆ, ਬਾਬਾ ਵਾ, ਆਹ ਮੁੰਡਾ ਵੀ ਨਾਲ ਹੀ ਰਹਿੰਦਾ ਸੀ, ਇਹਨੂੰ ਸਾਰਾ ਪਤਾ ਸੀ। 2-3 ਮਹੀਨੇ ਹੋ ਗਏ ਇਹ ਮੁੰਡਾ, ਇਹਨੂੰ ਵੀ ਨਾਲ ਰਹਿੰਦੇ ਆ ਉਹਨਾਂ ਦੇ। ਇਹਦੀ ਨਾਨੀ ਨੇ ਵੀ ਇਹ 'ਤੇ ਦਰਖਾਸਤ ਦਿੱਤੀ ਹੈ ਬਾਬੇ 'ਤੇ।
दरखास्त करता अजय कुमार ने एक दरखास्त दिती है कि मेरी घरवाली बिना दसे कुछ अपने घरों चल गई है। जिहदी ड्यूटी इस वास्ते ड्यूटी इस गुरनाम सिंह की लाई सी, जिसने दरियाफ्त से दसिया कि वह सोनी नाँ के बंदे नाल गई है, अपने आप गई है, 42 साल की आ, बालक आ, समझदार आ, उसनू किसी ने वरगला के नहीं खड़िया, किसी ने किडनैप करके नहीं खड़िया। जबकि ये दरखास्त करता अजय कुमार काफ़ी चिर तो सोनी नाँ के बंदे अपने घर ही रखता रहा, इस दे विच कोई कसूर नहीं, पर फिर भी आप इश्तहार सुरोगोगा जिहड़े जारी कर दिंदे आ।